ਨੌਜਵਾਨਾਂ ਦੁਆਰਾ ਦੀਪ ਸਿੱਧੂ ਲਈ ਕੱਢਿਆ ਜਾ ਰਿਹਾ ਸੀ ਕੈਂਡਲ ਮਾਰਚ। ਅਚਾਨਕ ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੋ ਨੇ ਉਸ ਕੈਂਡਲ ਮਾਰਚ ਨੂੰ ਰੋਕ ਲਿਆ। ਆਖਿਰ ਕਿਉਂ ਅਤੇ ਕੀ ਸਮਝਾਉਣਾ ਚਾਹੁੰਦੇ ਸਨ ਉਹ ਨੌਜਵਾਨਾਂ ਨੂੰ ਜਿਸ ਕਾਰਨ ਉਹਨਾਂ ਨੇ ਕੈਂਡਲ ਮਾਰਚ ਨੂੰ ਰੋਕ ਲਿਆ, ਆਓ ਸੁਣਦੇ ਹਾਂ ਉਹਨਾਂ ਦੀ ਇੱਕ ਇੱਕ ਗੱਲ ਧਿਆਨ ਦੇ ਨਾਲ। ਅਸੀਂ ਤੁਹਾਡੇ ਨਾਲ ਫੁੱਲ ਸਹਿਯੋਗ ਆ, ਮੋਮਬੱਤੀਆਂ ਜਗਾਉਣ ਦਾ ਭਾਈ ਦੀਪ ਸਿੱਧੂ ਨੇ ਵਾਪਸ ਤਾਂ ਨਹੀਂ ਆਉਣਾ, ਰੋਡ ਸ਼ੋਅ ਕੱਢਣ ਦਾ ਦੀਪ ਸਿੱਧੂ ਨੇ ਵਾਪਸ ਤਾਂ ਨਹੀਂ ਆਉਣਾ। ਭਾਈ ਦੀਪ ਸਿੱਧੂ ਵਾਪਸ ਆ ਸਕਦਾ ਕਿਵੇਂ ਆਊਗਾ? ਤੁਹਾਨੂੰ ਪਤਾ ਜੇ ਗੌਰਮੈਂਟ ਕਹਿੰਦੀ ਆ ਵੀ ਜਿਹਦੇ ਚ ਸੰਤ ਨਜ਼ਰ ਆਉਣਗੇ ਖਤਮ ਕਰ ਦਿਆਂਗੇ, ਤੇ ਫਿਰ ਕੱਲੇ ਕੱਲੇ ਬੰਦੇ ਦੇ ਵਿੱਚ ਦੀਪ ਸਿੱਧੂ ਦੀ ਸੋਚ ਹੋਣੀ ਚਾਹੀਦੀ ਆ। ਉਹ ਕੈਂਡਲ ਮਾਰਚ ਆ, ਮੈਂ ਰੁਕ ਨਹੀਂ ਆਇਆ ਕੈਂਡਲ ਮਾਰਚ, ਮੈਂ ਤੁਹਾਡੇ ਹੱਕ ਚ ਆ, ਤੁਹਾਡਾ ਮੈਂ ਭਰਾ ਛੋਟਾ ਵੱਡਾ ਸਾਰੀ ਆ ਤੁਹਾਡਾ। ਗੌਰਮੈਂਟ ਨੂੰ ਸਾਡੇ ਨਾਲ ਇੰਨੀ ਨਫ਼ਰਤ ਆ ਤੇ ਫਿਰ ਅਸੀਂ ਤਾਂ ਬਾਈ ਉਹਨਾਂ ਦੇ ਰਾਹ ਤੇ ਚੱਲਾਂਗੇ, ਕਿਉਂਕਿ ਸਾਡਾ ਤਾਂ ਸਿੱਖਾਂ ਦਾ ਸਿਧਾਂਤ ਆ, ਸੂਰਬੀਰਾਂ ਦਾ ਸਿਧਾਂਤ ਆ, ਅਸੀਂ ਤਾਂ ਗੌਰਮੈਂਟ ਦੀ ਅੱਖ ਚ ਪਾ ਕੇ ਇੱਕ ਗੱਲ ਕਰਨੀ ਆ। ਬਾਈ ਦੀਪ ਸਿੱਧੂ ਦਾ ਕਤਲ ਹੋਇਆ ਵਾ, ਜਿਹੜੀ ਡੈਡ ਬੋਡੀ ਫੂਕਤੀ ਆ ਸੀ ਤੇ ਕਲੀਅਰ ਨਹੀਂ ਉਹ ਦੀਪ ਸਿੱਧੂ ਦੀ ਸੀਗੀ, ਸਾਡੇ ਨਾਲ ਕੌਣ ਖੜੂਗਾ, ਅਸੀਂ ਕਿਵੇਂ ਗੱਲ ਕਰੀਏ ਕਿਸੇ ਨਾਲ? ਸਾਡੀ ਕੋਈ ਸੁਣਤਾ ਨਹੀਂ, ਸਾਡੇ ਪਿੱਛੇ ਕੋਈ ਸਟੈਂਡ ਨਹੀਂ ਹੈਗਾ। ਤੁਸੀਂ ਕੈਂਡਲ ਮਾਰਚ ਕਰਕੇ ਘਰੇ ਉੱਠ ਜਾਓਗੇ, ਬਾਈ ਦੀਪ ਸਿੱਧੂ ਨੂੰ ਸ਼ਰਧਾਂਜਲੀ ਮਿਲ ਗਈ? ਕਦੇ ਨਹੀਂ ਮਿਲੂ। ਬਾਈ ਦੀਪ ਸਿੱਧੂ ਜਿਉਂਦਾ ਵੀ ਹੁੰਦਾ ਉਹ ਇਸ ਚੀਜ਼ ਦੇ ਹੱਕ ਚ ਨਹੀਂ ਸੀ, ਬਾਈ ਦੀਪ ਸਿੱਧੂ ਨਾਲ ਅਸੀਂ ਰਹੇ ਹੋਏ ਆ, ਗੱਲ ਹੋਈ ਆ। ਬਾਈ ਮੈਨੂੰ ਕਹਿੰਦਾ ਸੀ ਮੈਰੋ, ਮੈਂ ਕਿਹਾ ਬਾਈ ਯਾਰ ਕੀ ਹਾਲ ਆਪਣਾ ਯਾਰ ਨੌਜਵਾਨੀ ਦਾ? ਬਾਈ ਕਹਿੰਦਾ ਮੈਰੋ ਸਾਹਿਬ ਜੇ ਸਿਸਟਮ ਸੁਧਾਰਨਾ ਨਾ ਤਾਂ ਸਿਸਟਮ ਦੇ ਵਿੱਚ ਵੜਨਾ ਪੈਣਾ। ਤੇ ਜਦੋਂ ਮੈਂ ਦਿੱਲੀ ਗਿਆ ਨਾ, ਉਹਨਾਂ ਦੀ ਕੰਧ ਤੇ ਲਿਖਿਆ ਵੀ ਸਿੱਖ ਕੌਮ ਚਾਹੁੰਦੀ ਆ ਬਦਲਾ ਕਰ ਲਊਗੀ, ਉਹ ਮੈਂ ਲਿਖਿਆ ਜ਼ਰੂਰ ਆ ਪਰ ਲਿਖਾਇਆ ਬਾਈ ਦੀਪ ਸਿੱਧੂ ਨੇ ਸੀ, ਜਿਹਦੇ ਬੰਦੇ ਚ ਇੰਨੀ ਜ਼ੁਰਤ ਹੋਵੇ। ਤੁਹਾਨੂੰ ਛੋਟੀ ਜਿਹੀ ਕਹਾਣੀ ਦੱਸਦਾ, ਜੂਨ 84 ਕਾਲ ਤਖ਼ਤ ਸਾਹਿਬ ਢਹਿ ਢੇਰੀ ਹੋਇਆ, ਇੱਕ ਸ਼ਹੀਦ ਦੀ ਨਿਗਾਹ ਇੱਕ ਬੁੰਗੇ ਵੱਲ ਪੈਂਦੀ ਆ, ਉੱਥੇ ਜਰਵਾਣੇ ਚੜ ਕੇ ਤਿਰੰਗਾ ਝੰਡਾ ਲਾਤਾ ਉਹਨਾਂ ਨੇ, ਸ਼ਹੀਦ ਵੇਹਦਾ ਵੇਹਦਾ ਸ਼ਹੀਦ ਹੋ ਗਿਆ ਤੇ ਸੋਚ ਗਿਆ ਵੀ ਮੈਂ ਦੁਬਾਰਾ ਆਊਂਗਾ ਤੇ ਬਦਲਾ ਲਊਂਗਾ। ਬਾਈ ਦੀਪ ਸਿੱਧੂ ਜੰਮਿਆ ਹੀ ਲਾਲ ਕਿਲ੍ਹੇ ਤੇ ਝੰਡਾ ਚੜ੍ਹਾਉਣ ਲਈ ਸੀ। ਦੀਪ ਸਿੱਧੂ ਨੇ ਝੰਡਾ ਚੜਾ ਕੇ ਵੀ ਇਹ ਗੱਲ ਆਖੀ ਸੀ, ਬਾਈ ਇਹਨਾਂ ਨੇ ਸਾਡੇ ਤਖ਼ਤ ਤੇ ਝੰਡਾ ਚੜਾਇਆ ਸੀ, ਉਹਦਾ ਬਦਲਾ ਵੀ ਤਾਂ ਲੈਣਾ ਸੀ, ਬਾਈ ਨੇ ਆਖੀ ਆਣਾ ਨਹੀਂ ਆਣਾ? ਜਿਹੜਾ ਇਹਨਾਂ ਰਾਹਾਂ ਤੇ ਚੱਲਦਾ ਹੋਵੇ ਕੁਦਰਤ ਉਹਨੂੰ ਇਸ਼ਾਰੇ ਕਰਦੀ ਆ, ਕੁਦਰਤ ਨੇ ਇਸ਼ਾਰਾ ਬਾਈ ਨੂੰ 1.5 ਸਾਲ ਪਹਿਲਾਂ 2 ਸਾਲ ਕਰਤਾ ਸੀ ਦੀਪ ਸਿੱਧੂ ਨੂੰ ਵੀ ਇਸੇ ਗੱਡੀ ਚ ਤੇਰਾ ਕਤਲ ਹੋਊਗਾ ਹੀ ਹੋਊਗਾ। ਉਹਨੇ ਜੋਰਾ ਫਿਲਮ ਕੱਢੀ ਸੀ, ਉਹਦੇ ਚ ਸੀਨ ਵੀ ਆਇਆ ਬਾਈ ਦੀਪ ਸਿੱਧੂ ਨੂੰ ਗੋਲੀ ਸੱਦਦੀ ਆ, ਸਕਾਰਪੀਓ ਗੱਡੀ ਹੁੰਦੀ ਉਹਦੇ ਤੇ ਗੋਲੀ ਚੱਲਦੀ, ਬਾਅਦ ਚ ਬਾਈ ਦੀਪ ਸਿੱਧੂ ਐਕਸੀਡੈਂਟ ਇਸੇ ਚ ਵੀ ਗਿਆ, ਹੋਇਆ ਐਕਸੀਡੈਂਟ ਪਰ ਮਰਿਆ ਨਹੀਂ ਸੀ। ਪਰ ਕੌਣ ਕਰੂਗਾ ਇਹ ਗੱਲਾਂ? ਸਾਡੇ ਕੋਲ ਹਿੰਮਤ ਹੈ, ਸਾਡੇ ਪੈਰ ਭਾਰ ਨਹੀਂ ਚੱਲਦੇ, ਕਿਉਂਕਿ ਸਾਡੇ ਪਿੱਛੇ ਤੁਸੀਂ ਲੋਕ ਨਹੀਂ ਹੈਗੇ। ਤੁਹਾਨੂੰ ਮੋਮਬੱਤੀਆਂ ਦਾ ਮੈਨੂੰ ਕੈਂਡਲ ਮਾਰਚ ਦਾ ਇਤਿਹਾਸ ਦੱਸੋ, ਸਾਡੇ ਕਿਹੜੇ ਗੁਰੂ ਪੀਰ ਨੇ ਇਹ ਸਾਨੂੰ ਕੈਂਡਲਾਂ ਫੜਾ ਦੀਆਂ? ਤੇ ਯਾਰ ਇੱਥੋਂ ਤੱਕ ਗਲਾਮੀ ਆ ਗਈ। ਤੁਹਾਨੂੰ ਚਾਹੀਦਾ ਸੀ ਨੌਜਵਾਨਾਂ ਨੂੰ, ਤੁਹਾਡੇ ਇੰਸਟਾਗ੍ਰਾਮ ਫੇਸਬੁੱਕ ਗਰੁੱਪ ਵਟਸਐਪ ਚੱਲਦੇ ਆ, ਤੁਸੀਂ ਇਹ ਗੱਲ ਕਹਿਣੀ ਸੀ ਦੀਪ ਸਿੱਧੂ ਸਾਡਾ ਭਰਾ ਸੀ, ਸਾਡੀ ਜਿੰਦ ਜਾਨ ਸੀ, ਉਹ ਸ਼ਹੀਦ ਹੋਇਆ ਤੇ ਸਾਡੀ ਰੂਹ ਚ ਵਸ ਗਿਆ, ਤੇ ਅਸੀਂ ਆਉਂਦੇ ਸਮੇਂ ਦੇ ਵਿੱਚ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਠੋਕ ਕੇ ਦੇਣਾ। ਇਹ ਵੀਡੀਓ ਹਰੇਕ ਚੈਨਲ ਤੇ ਹੁੰਦੀ, ਹਰੇਕ ਨੌਜਵਾਨ ਪਾਉਂਦਾ। ਮੋਮਬੱਤੀਆਂ ਲੈ ਕੇ ਕੀ ਕਰ ਲੋਗੇ ਯਾਰ? ਇੱਥੇ ਧੀ ਭੈਣ ਦੀ ਇੱਜ਼ਤ ਲੁੱਟੀ ਜਾਂਦੀ ਹੈ, ਸ਼ਹਿਰੇ ਬਾਜ਼ਾਰ ਚ ਤੁਸੀਂ ਮੋਮਬੱਤੀਆਂ ਲੈ ਕੇ ਤੁਰ ਪੈਂਦੇ ਆ, ਗਰੀਬ ਦਾ ਕਤਲ ਹੋ ਜਾਂਦਾ ਗਾ, ਇੱਥੇ ਤੁਸੀਂ ਮੋਮਬੱਤੀਆਂ ਲੈ ਕੇ ਤੁਰ ਪੈਂਦੇ ਆ। ਸਾਡਾ ਸਿੰਘ ਸ਼ਹੀਦ ਕਰਤਾ, ਮੋਮਬੱਤੀਆਂ ਲੈ ਕੇ ਤੁਰ ਪਏ, ਯਾਰ ਉਹਨਾਂ ਨੇ ਇੱਕ ਸਿਵਾ ਫੂਕਿਆ ਬਾਲਿਆ ਸਾਡਾ, ਤੇ ਤੁਸੀਂ ਆਹ ਕੁਛ ਕਰੀ ਜਾਂਦੇ ਆ? ਸਾਡਾ ਭਰਾ ਸੀਗਾ ਖਾਸ ਦੀਪ ਦਾ ਸਿਵਾ, ਤੁਸੀਂ ਪਛਾਣੋ ਇਹਨਾਂ ਗੱਲਾਂ ਨੂੰ। ਉਹ ਬਾਈ ਦੀਆਂ ਗੱਲਾਂ ਦੇਖੋ, ਜਦੋਂ ਬੰਦਾ ਤੁਰ ਜਾਂਦਾ ਨਾ ਦੁਨੀਆਂ ਤੋਂ, ਸਾਨੂੰ ਉਦੋਂ ਬੰਦਾ ਚੇਤੇ ਆ। ਸਾਡਾ ਫਰਜ਼ ਆ ਵੀ ਅਸੀਂ ਉਹਦੇ ਦੱਸੇ ਰਾਹ ਤੇ ਚੱਲੀਏ, ਉਹ ਸਾਡੇ ਗਲੋਂ ਗੁਲਾਮੀ ਲਾਉਣ ਆਇਆ ਸੀ, ਜਿਹਦੀ ਜਿੰਨੀ ਲਿਖੀ ਉਹਨੇ ਭੁਗਤਣੀ ਆ। ਜੇ ਬਾਈ ਦੀਪ ਸਿੱਧੂ ਦੀ ਸ਼ਹੀਦੀ ਦਾ ਤੁਹਾਨੂੰ ਇੰਨਾ ਅਫਸੋਸ ਆ, ਤੇ ਜਿਹੜੀਆਂ ਸਰਹੰਦ ਦੀਆਂ ਨੀਹਾਂ ਚ ਚਿਣੇ ਗਏ ਸੀ ਛੋਟੇ ਸਾਹਿਬਜ਼ਾਦੇ, ਉਹਨਾਂ ਨੂੰ ਭੁੱਲ ਗਏ? ਤੇ ਜੇ ਉਹਨਾਂ ਨੂੰ ਨਹੀਂ ਭੁੱਲੇ ਤੇ ਫਿਰ ਸਾਰਿਆਂ ਦੇ ਬਾਣਾ ਕਦੋਂ ਨਹੀਂ ਪਾਇਆ? ਉਹਨਾਂ ਦੇ ਬਾਣਾ ਪਾਇਆ ਸੀ, ਸਾਡੇ ਸਾਹਿਬਜ਼ਾਦੇ ਸੀ, ਸਾਡੇ ਵੱਡੇ ਸੀ, ਪੁਰਖੇ ਸੀ। ਛੋਕਰਾ ਕਰੋ ਤੁਸੀਂ, ਜੇ ਤੁਹਾਡੇ ਵਰਗੇ ਲੋਕ ਉਦੋਂ ਹੁੰਦੇ
ਤੇ ਸ਼ਹੀਦ ਹੋਇਆਂ ਨੂੰ ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਸ਼ਹੀਦ ਕਰਤਾ ਸੀ ਤੇ ਤੁਸੀਂ ਕੈਂਡਲ ਮਾਰਚ ਕੱਢਣਾ ਸੀਗਾ ਕਿ ਦਾਮੇ ਪਾਤਸ਼ਾਹ ਬੈਠੇ ਉੱਥੇ ਵੇਹਦੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਮੇਰੇ ਤਾਂ ਨਾਲ ਨੀ ਹੱਜ ਚੰਨ ਤੇ ਯਾਰ ਮੇਰੇ ਸਿੱਖ ਤਾਂ ਕੈਂਡਲ ਮਾਰਚ ਕੱਢੀ ਜਾਂਦੇ ਰੈੱਡ ਨਾਈਟ ਖੜਕਾਉਣ ਦੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੋੜ ਕੀ ਪੈ ਗਈ ਸਾਡਾ ਇਤਿਹਾਸ ਇਹ ਕਹਿੰਦਾ ਦੋਸ਼ ਨਾ ਬੀਜੇ ਬਦਲਾ ਲੀਜੇ ਬਦਲਾ ਲੈਣ ਦੇ ਤਰੀਕੇ ਹੁੰਦੇ ਆ ਸਾਨੂੰ ਬੰਦਾ ਤਾਂ ਨੀ ਲੱਭਣਾ ਤਾਕਤਾਂ ਲੰਬੀਆਂ ਉਹਨਾਂ ਦੀਆਂ ਵੱਡੇ ਹੱਥ ਬਹੁਤ ਤਕੜੇ ਆ ਚਰਵਾਣੇ ਆ ਪਰ ਅਸੀਂ ਦੀਪ ਸਿੱਧੂ ਤਾਂ ਬਣ ਸਕਦੇ ਬਾਈ ਕਹਿੰਦਾ ਹੁੰਦਾ ਸੀਗਾ ਕਿ ਹਰੇਕ ਬੰਦੇ ਦੇ ਵਿੱਚ ਹਾਂ ਵੇ ਉਧਰ ਫੋਟੋ ਵੇ ਬਾਈ ਐਂ ਕਹਿੰਦਾ ਹੁੰਦਾ ਸੀ ਫੋਟੋ ਚ ਵੀ ਬਾਈ ਜੀ ਹੁੰਦਾ ਬਾਈ ਕਹਿੰਦਾ ਹੁੰਦਾ ਸੀ ਕਿ ਆਪਦੇ ਹੱਕਾਂ ਲਈ ਲੜੋ ਤੁਸੀਂ ਇਸ ਗੱਲ ਨੂੰ ਸਮਝੋ ਬਾਣੀ ਪੜ੍ਹੋ ਆਪਦੇ ਦਿਮਾਗ ਨੂੰ ਜਗਾਓ ਅਸੀਂ ਖੜੇ ਕਿੱਥੇ ਆ ਅਸੀਂ ਗੁਲਾਮ ਹੋ ਗਏ ਆ ਇਹ ਗੌਰਮੈਂਟਾਂ ਨੇ ਸਾਨੂੰ ਧਰਨੇ ਲਾਉਣੇ ਸਾਨੂੰ ਕੈਂਡਲ ਮਾਰਚ ਕੱਢਣੇ ਦੀ ਆਦਤ ਪਾਤੀ ਆ ਯਾਰ ਉਹ 20 ਸਾਲਾਂ ਦੀ ਕੁੜੀ ਦਾ ਚੱਕ ਕੇ ਰੇਪ ਕਰ ਦਿੰਦੇ ਆ ਮੌਤ ਹੋ ਜਾਂਦੀ ਆ ਤੇ ਅਸੀਂ ਕੀ ਕਰਦੇ ਆ ਅਸੀਂ ਕਹਿੰਦੇ ਜੀ ਥਾਣੇ ਮੂਹਰੇ ਧਰਨਾ ਲਾ ਲਓ ਯਾਰ ਚੌਂਕ ਦੇ ਵਿੱਚ ਧਰਨਾ ਲਾ ਲਓ ਯਾਰ ਕੈਂਡਲ ਮਾਰਚ ਕੱਢ ਲਓ ਤੇ ਫਿਰ ਜਿਹੜਾ ਗਜਰੀ ਦੇ ਬਾਜ਼ਾਰਾਂ ਚੋਂ ਮੋੜ ਕੇ ਲਿਆਉਂਦੇ ਸੀ ਉਹ ਤੁਹਾਡੇ ਪੁਰਖੇ ਨਹੀਂ ਸੀ ਮੋੜ ਕੇ ਲਿਆਉਂਦੇ ਅੱਜ ਤੁਹਾਨੂੰ ਤੇ ਜੇ ਕਿਤੇ ਉਦੋਂ ਤੁਸੀਂ ਹੁੰਦੇ ਤੇ ਤੁਸੀਂ ਕੈਂਡਲ ਮਾਰਚ ਕੱਢਣਾ ਸੀ ਯਾਰ ਸਾਡੀਆਂ ਸਿੱਖ ਬੀਬੀਆਂ ਨੂੰ ਬੰਨ ਕੇ ਲੈ ਗਏ ਸਿੱਖ ਕਿਸੇ ਧਰਮ ਦਾ ਵਿਰੋਧੀ ਨਹੀਂ ਹਿੰਦੂ ਮੁਸਲਿਮ ਸਿੱਖ ਇਸਾਈ ਸਿੱਖ ਲਈ ਸਾਰੇ ਬਰੋਬਰ ਆ ਸਿੱਖ ਜ਼ੁਲਮ ਦਾ ਵਿਰੋਧੀ ਆ ਜ਼ੁਲਮ ਕਿਸੇ ਨੇ ਵੀ ਕੀਤਾ ਚਾਹੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਸੀਗਾ ਲੁਧਿਆਣੇ ਵਾਲਾ ਉਹ ਕੀ ਉਹਦਾ ਨਾਮ ਬੇਅੰਤ ਸਿੰਘ ਸੀ ਬੇਅੰਤ ਸਿੰਘ ਤੇ ਜ਼ੁਲਮ ਦਾ ਵਿਰੋਧੀ ਸੀ ਸਿੱਖ ਜ਼ੁਲਮ ਦਾ ਵਿਰੋਧੀ ਸੀ ਤੇ ਉਹਨੇ ਜ਼ੁਲਮ ਕੀਤਾ ਸੀ ਉਹਨੇ ਅੱਜ ਤਾਂ ਲੁੱਟੀਆਂ ਉਹਨੇ ਘਰ ਤਬਾਹ ਕਰਤੇ ਤੇ ਸਿੰਘਾਂ ਨੇ ਮਾਰਤਾ ਨਾ ਇਸ ਕਰਕੇ ਆਪਦੇ ਆਪ ਨੂੰ ਪਛਾਣੋ ਆਪਦੀ ਅਣਖ ਨੂੰ ਪਛਾਣੋ ਬਾਣੀ ਤੇ ਪਹਿਰਾ ਦਿਓ ਇਹਨਾਂ ਦਾ ਜੀਵਨ ਪੜੋ ਉਹਦੇ ਤੇ ਉਹਦੇ ਅੰਡਰ ਰਹੋ ਵਿਚਰੋ ਹੋਵੇ ਤੇ ਨੌਜਵਾਨਾਂ ਨੂੰ ਕਹੋ ਨਸ਼ਾ ਨਹੀਂ ਕਰਨਾ ਅਸੀਂ ਦੀਪ ਸਿੱਧੂ ਬਣਨਾ ਹਰੇਕ ਬੰਦੇ ਨੇ ਸਟੇਜ ਤੇ ਚੜ ਕੇ ਬੋਲਣ ਤੇ ਹਿੰਮਤ ਚਾਹੀਦੀ ਆ ਸਾਨੂੰ ਇਹਨਾਂ ਲੋਕਾਂ ਨੇ ਇਹਨਾਂ ਲੀਡਰਾਂ ਨੇ ਤਬਾਹ ਕਰਕੇ ਰੱਖਤਾ ਸਾਡਾ ਬਿਨਾਂ ਕਰਕ ਕਰ ਦੀਪ ਸਿੱਧੂ ਬਾਈ ਨੂੰ ਜਦੋਂ ਪਤਾ ਲੱਗਿਆ ਨਾ ਇਹ ਕਿਉਂਕਿ ਸ਼ਹੀਦ ਮਰਦੇ ਨੀ ਹੁੰਦੇ ਇੱਧਰੋਂ ਉਹਨਾਂ ਨੇ ਬਾਣਾ ਬਦਲਣਾ ਇੱਕ ਲਾ ਕੇ ਦੂਜਾ ਤਿਆਰ ਮਿੱਟੀ ਨੇ ਮਿੱਟੀ ਸਾਡੇ ਰਲਣਾ ਅੱਜ ਮੇਰੀ ਵਾਰੀ ਕੱਲ ਨੂੰ ਤੇਰੀ ਵਾਰੀ ਇੱਧਰ ਮਰਿਆ ਦੂਜੇ ਪਾਸੇ ਜਨਮ ਲਊਗਾ ਤੇ ਪਰ ਉਹ ਇਹ ਚੀਜ਼ਾਂ ਤੇ ਹੱਸਣਗੇ ਤੇ ਕੈਂਡਲ ਮਾਰਚ ਕਰਨ ਵਾਲੇ ਲੋਕ ਆਏ ਕਿੱਥੋਂ ਆ ਸਾਰੇ ਅੰਗ ਦਰਬਰਾਕ ਹੁੰਦਾ ਬਾਣੀ ਪੜ੍ਹ ਕੇ ਬਾਈ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ ਬਾਈ ਸਾਨੂੰ ਤਾਂ ਇਹ ਨੀ ਪਤਾ ਹੈ ਕਿੱਥੇ ਆ ਜੋ ਸੰਸਕਾਰ ਕਰਤਾ ਬਾਈ ਕੌਣ ਸੀ ਸਾਨੂੰ ਕੀ ਪਤਾ ਮੂੰਹ ਤਾਂ ਕਿਸੇ ਨੂੰ ਦਿਖਾਉਂਦੇ ਨਹੀਂ ਸੀ ਸਮਝੋ ਰਾਜਨੀਤੀ ਨੂੰ ਸਮਝੋ ਗੌਰਮੈਂਟ ਨੂੰ ਸਮਝੋ ਉਹਨਾਂ ਨੇ ਕਿਸੇ ਨੂੰ ਸਾਨੂੰ ਯਾਰ ਜਿਉਂਦਾ ਛੱਡ ਦੂ ਅਸੀਂ ਤਾਂ ਭਗਾਉਣੇ ਆ ਗੌਰਮੈਂਟ ਸਾਡੇ ਪਿੱਛੇ ਪਈ ਆ ਅਸੀਂ ਤਾਂ ਆਪਦਾ ਚੰਮ ਬਚਾਉਣ ਖਾਤਰ ਵੀ 2 ਮਹੀਨੇ ਬਚਦਾ ਕਿ ਇਲੈਕਸ਼ਨਾਂ 'ਚ ਖੜ ਗਏ ਆ ਅਸੀਂ ਜਿੱਤਣ ਹਾਰਨ ਥੋੜੇ ਆਏ ਆ ਯਾਰ ਅਸੀਂ ਤੁਹਾਡੇ 'ਚ ਵਿਚਰਨਾ ਇਹ ਸਾਨੂੰ ਮੌਕਾ ਮਿਲ ਗਿਆ ਕਦੇ ਮੇਰੇ ਸਾਹਮਣੇ ਤਾਰ ਤਾਰ ਦੇ 100 ਨੌਜਵਾਨਾਂ ਦੀ ਜ਼ਿੰਦਗੀ 'ਚ ਖੜਨਾ ਸੀ ਮੌਕਾ ਮਿਲ ਗਿਆ ਨੌਜਵਾਨਾਂ ਸਮਝਿਆ ਕਰੋ ਸਿਸਟਮ ਨੂੰ ਸਮਝੋ ਬੰਦੇ ਨੂੰ ਆਪਦੀ ਜਾਨ ਦੇਣੀ ਪੈਂਦੀ ਹੈ ਇਹ ਦੱਸਣ ਵਾਸਤੇ ਭਰਾਵੋ ਮੈਂ ਸੱਚਾ ਵਾਂ ਜਦੋਂ ਜਾਉਂਦਾ ਸੀ ਤੁਸੀਂ ਗਦਾਰ ਕਹਿੰਦੇ ਸੀ ਉਹ ਬਾਈ ਕਹਿੰਦਾ ਮਰ ਗਿਆ ਮੇਰੀ ਰੂਹ ਦੁਖੀ ਅੱਜ ਮੈਨੂੰ ਤੁਸੀਂ ਗਦਾਰ ਦਾ ਸਰਟੀਫਿਕੇਟ ਦੇਈ ਜਾਂਦੇ ਆ ਜਿਹੜਾ ਬੰਦਾ ਸੱਚਾ ਉਹਦੇ ਨਾਲ ਸਟੈਂਡ ਲਵੋ ਫੇਰ ਕਿਤੇ ਜਾ ਕੇ ਕਾਮਯਾਬੀ ਹੋਊਗੀ ਤੁਸੀਂ ਕਹਿੰਦੇ ਯਾਰ ਕੋਈ ਸੂਰਮਾ ਨਹੀਂ ਉੱਠਦਾ ਕੋਈ ਯੋਧਾ ਨਹੀਂ ਉੱਠਦਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋ ਗਈ ਸਾਡੀਆਂ ਇੱਜ਼ਤਾਂ ਲੁੱਟ ਦੇਗਾ ਨੌਜਵਾਨੀ ਤਬਾਹ ਹੋਈ ਜਾਂਦੀ ਨਸਲ ਕੁਛੀ ਹੋ ਜਾਂਦੀ ਕੋਈ ਯੋਧਾ ਨਹੀਂ ਉੱਠਦਾ ਤੇ ਯੋਧਾ ਬਾਈ ਜੀ ਬਣੂ ਕਿੱਥੋਂ ਜਦੋਂ ਤੁਸੀਂ ਪਿੱਛੇ ਨਹੀਂ ਖੜਦੇ ਉਹਦੇ ਜੇ ਬਾਈ ਦੀਪ ਸਿੱਧੂ ਯੋਧਾ ਸੀ ਤੇ 5 ਗੱਡੀਆਂ ਦੇ ਪਿੱਛੇ ਤੇ 5 ਅੱਗੇ ਚਾਹੀਦੀਆਂ ਸੀ ਬਾਈ ਨੇ ਫੇਰ ਵੱਜਣਾ ਸੀ ਜਿੱਥੇ ਬਾਈ ਜਾਂਦਾ ਉੱਥੇ ਤਾਂ ਪਹੁੰਚ ਜਾਂਦੇ ਉਦੋਂ ਬਾਈ ਤਾਂ ਬਾਈ ਜਾਂਦਾ ਕਿੱਥੇ ਆ ਸਾਡਾ ਕੋਈ ਫਿਕਰ ਨਹੀਂ ਕਿਸੇ ਨੂੰ ਅਸੀਂ ਨਹੀਂ ਕਹਿੰਦੇ ਸਾਡੇ ਪਿੱਛੇ ਆਓ ਜੇ ਅਸੀਂ ਕੁਛ ਕਰਦੇ ਆ ਸਾਡੇ ਸਿੰਘ ਸਾਡੇ ਆਸੇ ਪਾਸੇ ਰਹਿੰਦੇ ਆਏ ਘੇਰਾ ਬਣਾ ਕੇ ਯਾਰ ਵੀ ਕੁਛ ਹੋ ਨਾ ਜਾਵੇ ਜਿਹਦੀ ਲਿਖੀ ਉਹਨੇ ਮਰਨਾ ਪਰ ਰੌਲਾ ਤਾਂ ਇਹ ਆ ਵੀ ਜਿੰਨਾ ਚਿਰ ਜਾਉਂਦਾ ਬੰਦੇ ਨੂੰ ਉਹਨੂੰ ਸਪੋਰਟ ਤਾਂ ਕਰੀਏਗਾ ਤੁਸੀਂ ਮੈਨੂੰ ਹੱਥ ਖੜੇ ਕਰੋ ਦੱਸੋ ਵੀ ਕਿਹੜਾ ਕਿਹੜਾ ਬਾਈ ਦੀਪ ਸਿੱਧੂ ਨੂੰ ਮਿਲਿਆ ਤੁਹਾਡੀ ਜ਼ਿੰਦਗੀ ਬਾਰੇ ਪਤਾ
ਤੇ ਪਤਾ ਨਹੀਂ ਤੇ ਬਈ ਕੈਂਡਲ ਮਾਰਚ ਕੱਢ ਕੇ ਕੀ ਫਾਇਦਾ ਬਾਈ ਨੇ ਕਹਿਣਾ ਵੀ ਜਿੰਨਾ ਚਿਰ ਜਾਂਦਾ ਸੀ 37 ਸਾਲਾਂ ਚ ਮੈਨੂੰ ਮਿਲਣ ਦਾ ਕੋਈ ਆਇਆ ਨਹੀਂ ਤੇ ਹੁਣ ਯਾਰ ਤੁਸੀਂ ਸਾਹਮਣੇ ਕਿਹੜਾ ਦੁੱਖ ਆ ਤੁਹਾਡੇ ਅੰਦਰ ਜਿਹੜਾ ਜਾਂਦੇ ਨੂੰ ਤਾਂ ਮਿਲੇ ਨਹੀਂ ਮਰਿਆ ਤੁਹਾਨੂੰ ਕਿੱਥੇ ਜਾਂਦੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤਾਂ ਟੇਕਦੇ ਆ ਤੇ ਜਿਹੜਾ ਬਹਿਬਲ ਕਲਾਂ ਦੇ ਵਿੱਚ ਖਿਲਾਰ ਕੇ ਰੱਖਤਾ ਸੀਗਾ ਹਜੇ ਤੱਕ ਤੁਸੀਂ ਤੁਹਾਡੇ ਤੇ ਮੈਨੂੰ ਹੱਥ ਖੜਾ ਕਰਕੇ ਦੱਸੋ ਇਹਨਾਂ ਵਰਗਾਲੀ ਆ ਫਿਰ ਇਹ ਨਾ ਕਿਆ ਕਰੋ ਸੌ ਦੇ ਵਿੱਚੋਂ ਪੰਜ ਵੀ ਹੱਥ ਖੜਾ ਕਰਨ ਤਾਂ ਵੀ ਨਹੀਂ ਮੰਨਿਆ ਜਾਂਦਾ ਸੌ ਦੇ ਵਿੱਚੋਂ 99 ਹੱਥ ਖੜੇ ਕਰਨ ਜੇ ਗੁਰੂ ਗ੍ਰੰਥ ਸਾਹਿਬ ਵਿਸ਼ਵ ਦਾ ਗੁਰੂ ਆ ਸਾਡਾ ਸਾਰਿਆਂ ਦਾ ਸਾਂਝਾ ਤੇ ਯਾਰ ਉਹਨੂੰ ਅੰਗ ਪਾੜ ਕੇ ਗਲੀਆਂ ਚ ਖਿਲਾਰਦਾ ਤੇ ਹੱਥ ਦੋ ਤਿੰਨ ਖੜੇ ਹੋਏ ਆ ਸ਼ਰਮ ਆਉਣੀ ਚਾਹੀਦੀ ਸਾਨੂੰ ਜ਼ਿੰਦਗੀ ਚ ਗੱਲ ਨੋਟ ਰੱਖਿਓ ਅਸੀਂ ਰਹੀਏ ਜੇ ਨਾ ਰਹੀਏ ਗੁਰੂ ਗ੍ਰੰਥ ਸਾਹਿਬ ਦੀ ਧਾਰਮਿਕ ਗ੍ਰੰਥ ਕੋਈ ਵੀ ਆ ਕਿਸੇ ਧਰਮ ਦਾ ਚਾਹੇ ਬਾਈਬਲ ਆ ਕੁਰਾਨ ਆ ਚਾਹੇ ਗੀਤਾ ਚਾਹੇ ਗੁਰੂ ਗ੍ਰੰਥ ਸਾਹਿਬ ਆ ਬੇਅਦਬੀ ਨਹੀਂ ਚੜ ਗਈ ਕਿਸੇ ਨੇ ਧੀ ਭੈਣ ਕਿਸੇ ਵੀ ਧਰਮ ਦੀ ਆ ਗੁਆਂਢੀਆਂ ਦੀ ਆ ਆਪਣੀਆਂ ਕਿਸੇ ਵੀ ਧਰਮ ਦੀ ਆ ਉਹਦੀ ਪੱਤ ਲੁੱਟਣ ਵਾਲੇ ਨੂੰ ਛੱਡਣਾ ਨਹੀਂ ਗਾ ਕਿਸੇ ਨੇ ਤੇ ਤਾਂ ਨਾ ਛੱਡੋਗੇ ਤੁਹਾਡੇ ਚਾਣਕ ਤਾਂ ਜਾਗੂਗੀ ਜੇ ਨਸ਼ਾ ਰੋਕੋਗੇ ਫਿਰ ਚੜਾ ਕੇ ਹੁਣ ਨਸ਼ੇ ਤੇ ਖੜ ਗਈ ਆ ਤੇ ਨਸ਼ਾ ਲੈ ਕੇ ਕੌਣ ਆਇਆ ਇਹ ਸਰਕਾਰਾਂ ਲੈ ਕੇ ਨਸ਼ਾ ਕੰਟਰੋਲ ਕਰ ਲਓ ਤੁਹਾਡੇ ਦਿਮਾਗ ਕੰਮ ਕਰਨ ਲੱਗ ਜਾਣਗੇ ਤੁਹਾਡਾ ਏਕਾ ਹੋ ਜੂ ਪਰਿਵਾਰ ਬਚ ਜਾਣਗੇ ਤੇ ਆਪਣੇ ਬੇਅਦਬੀਆਂ ਵੀ ਰੁਕ ਜਾਣਗੀਆਂ ਇੱਜ਼ਤਾਂ ਵੀ ਰੁਕ ਜਾਣਗੀਆਂ ਪੰਜਾਬ ਕਾਮਯਾਬ ਹੋ ਜੂਗਾ ਇਹ ਗੌਰਮੈਂਟ ਚਾਹੁੰਦੀ ਨਹੀਂ ਇਹ ਕੰਮ ਕਰਨਾ ਕਰ ਹੋਰ ਕਿਸੇ ਨੇ ਕੋਈ ਗੱਲਬਾਤ ਕਰਨੀ ਹੈ ਤੇ ਦੱਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬਾਈ ਜੀ ਸਾਨੂੰ ਪਤਾ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।